गुड मॉर्निंग स्टूडेंट्स, बच्चों नेक्स्ट देखियो आज आप की करेंगे। चैप्टर फर्स्ट पढ़ती पई इंटीजर। एक्सरसाइज 1.2 थर्ड क्वेश्चन। थर्ड क्वेश्चन दे विच की किया गया, थर्ड क्वेश्चन है गा वा इन अ क्विज टीम ए स्कोर्ड -40, 10 and 0। किसी क्विज दे विच टीम ए दा स्कोर है गा, टीम ए जिदा स्कोर दिता गया वा -40, 10 ते 0। उस तरह टीम बी का स्कोर दिता वा 3 rounds का, टीम बी का स्कोर हैगा वा 10, 0, -40। ठीक है, इदा इन्हां दी स्कोरिंग की गई। विच टीम स्कोर्ड मोर, कैन वी से दैट वी कैन एड इंटीजर इन एनी ऑर्डर। पहलों तो आप वेखिए केड़ी टीम ने किन्ना स्कोर किया। सल्यूशन देखियो, टीम ए स्कोर्ड, टीम ए स्कोर्ड कितना करूगी -40, +10, +0। कितना आ गया -40 जो 10 कट दिए -30। टीम बी का स्कोर भी देख लिए, -10, +0, +-40। कितना आ गया 10 ± -40, इहदा स्कोर भी -30 आ गया। तो उन्हां दा सवाल हैगा ही विच टीम स्कोर्ड मोर। आपां इत्थे कह सकदे नन ऑफ द टीम, कोई भी टीम ने स्कोर नहीं ज़्यादा किया। दोवां दा बोथ टीम्स हैव सेम स्कोर, बोथ टीम हैज सेम स्कोर, ये तो पहला जवाब आ गया। उस तो बाद उन्होंने कहा कैन वी एड इंटीजर इन एनी ऑर्डर, यस वी कैन, यस वी कैन एड, भी जिदा मर्जी एड करो, भावें 10 पहलों लिखो, 40 बाद लिखो, भावें 40 भावें 10 बाद लिखो, यस वी कैन एड इंटीजर्स ऑफ एनी ऑर्डर। क्लीयर है ना। उस तो बाद अगे फोर्थ क्वेश्चन, लास्ट इस एक्सरसाइज का, फिल इन द ब्लैंक्स। फिल इन द ब्लैंक्स, फिल इन द ब्लैंक्स विच फर्स्ट है गावा -5, फिर प्लस का साइन, -8 = -8, प्लस का साइन, इतने ब्लैंक पई। देखो की आ सकता, आ ब्लैंक आप लभनी है किन्नी का आ सकती है। हुण आ इधरले बन्ने जेकर इहदा मैं सल्यूशन देखा, -5 उस तरह, +8 उस तरह, -8 उस तरह, जिहड़ी ब्लैंक भरनी उहनूं मैं एक्स मान लैना, -5 ± -8 - 8 + x = होवे, इक्को जिक्के कैंसल हो सकते, तो -5 किहदे इक्वल आ गया एक्स के, तो ब्लैंक के आ जूगा जो एक्स की वैल्यू आई -5।
ਜਿੱਦਾਂ ਤੁਹਾਨੂੰ ਜੇ ਪਹਿਲਾਂ ਜਿੱਦਾਂ ਸਮਝਾਇਆ ਗਿਆ ਜੇ ਉਹ ਸੌਖਾ ਲੱਗਦਾ ਉਹ ਫੋਲੋ ਕਰ ਲਿਓ, ਜੇ ਇਹ ਠੀਕ ਲੱਗਦਾ ਐਕਸ ਵਾਲਾ ਤਾਂ ਇਹ ਫੋਲੋ ਕਰ ਲਿਓ। ਸੈਕਿੰਡ ਪਾਰਟ, ਸੈਕਿੰਡ ਬਲੈਂਕ ਕੀ ਹੈਗੀ ਆ, ਮਾਈਨਸ 53 ਪਲੱਸ ਬਲੈਂਕ ਬਈ ਇਸ ਇਕੁਅਲ ਟੂ ਮਾਈਨਸ 53। ਇੱਥੇ ਕੀ ਆ ਸਕਦਾ, ਕਿੱਦਾਂ ਕਰਨਾ ਦਾ ਫਿਰ ਸਮਝੋ, ਜਿੱਦਾਂ ਮੈਂ ਕਰਾਉਣਾ ਪਿਆ, ਤੁਸੀਂ ਕੀ ਕਰਨਾ, ਮਾਈਨਸ 53 ਜਿਹੜੀ ਬਲੈਂਕ ਉਹਦੀ ਜਗ੍ਹਾ 'ਤੇ ਐਕਸ ਲਿਖਤਾ ਇਸ ਇਕੁਅਲ ਟੂ ਮਾਈਨਸ 53 ਇਕੁਅਲ ਟੂ ਹੋਵੇ, ਇੱਕੋ ਜਿੱਕੇ ਕੈਂਸਲ ਹੋ ਜਾਂਦੇ ਅਤੇ ਕੈਂਸਲ ਹੋ ਕੇ ਕਿੰਨਾ ਆਂਸਰ ਆਉਂਦਾ, ਜੀਰੋ। ਇੱਥੇ ਕੁਝ ਨਹੀਂ ਬਚਿਆ ਅਤੇ ਜੀਰੋ, ਐਕਸ ਆ ਗਿਆ ਜੀਰੋ, ਬਲੈਂਕ ਦੇ ਵਿੱਚ ਜੀਰੋ ਭਰ ਦੇਣਾ। ਹੋਇਆ ਕਲੀਅਰ ਨਾ? ਥਰਡ ਵਿੱਚ ਕੀ ਕਿਹਾ ਗਿਆ, ਥਰਡ ਹੈਗਾ ਵਾ 17 ਪਲੱਸ ਬਲੈਂਕ ਪਈ ਇਕੁਅਲ ਟੂ ਜ਼ੀਰੋ। ਇੱਥੇ ਕੀ ਆ ਸਕਦਾ, ਆਪਾਂ ਕੀ ਕਰਨਾ, ਸਲਿਊਸ਼ਨ ਪਾ ਕੇ ਜਿਹੜੀ ਬਲੈਂਕ ਆ ਉੱਥੇ ਐਕਸ ਭਰਤਾ, ਐਕਸ ਕੇ ਦੇ ਇਕੁਅਲ ਆ ਜੂ 17 ਪਲੱਸ ਦਾ, ਉੱਧਰ ਜਾ ਕੇ ਮਾਈਨਸ ਦਾ ਹੋ ਗਿਆ, ਇਸ ਜਗ੍ਹਾ 'ਤੇ ਆਪਾਂ ਭਰਨਾ ਮਾਈਨਸ 17। ਕਿੰਨਾ ਸਿੰਪਲ ਆ। ਉਸ ਤੋਂ ਬਾਅਦ ਫੋਰਥ, ਫੋਰਥ ਹੈਗਾ ਵਾ 13, ਇਸ ਤਰ੍ਹਾਂ ਬਰੈਕਟ ਹੈ ਸਕੇਅਰ ਬਰੈਕਟ, ਫਿਰ ਲਿਖਿਆ 13 ਪਲੱਸ ਮਾਈਨਸ 12, ਫਿਰ ਪਲੱਸ ਬਲੈਂਕ ਇਸ ਇਕੁਅਲ ਟੂ 13 ਪਲੱਸ ਸਕੇਅਰ ਬਰੈਕਟ ਮਾਈਨਸ 12 ਅਤੇ ਮਾਈਨਸ 7। ਇੱਥੋਂ ਤੱਕ ਬੋਰਡ ਦਿਖਦਾ ਨਾ? ਨਹੀਂ ਦਿਖਦਾ ਪਿਆ। 13 ਪਲੱਸ ਫਿਰ ਦੇਖਿਓ ਆਹ ਚੀਜ਼, ਆ ਪਹਿਲਾਂ ਤਾਰ ਲਿਆਉਣਾ, ਇੱਧਰ ਕਵਰ ਕਰ ਲੈਂਦੇ ਆਪਾਂ ਇਹਨਾਂ ਨੂੰ। ਫੋਰਥ ਆਪਣੇ ਕੋਲ ਹੈਗਾ ਹੀ 13 ਪਲੱਸ ਮਾਈਨਸ 12 ਬਲੈਂਕ ਇਸ ਇਕੁਅਲ ਟੂ 13 ਪਲੱਸ ਮਾਈਨਸ 12 ਪਲੱਸ ਮਾਈਨਸ 7। ਜਿੱਦਾਂ ਮੈਂ ਸਮਝਾਉਣਾ ਪਿਆ ਉੱਦਾਂ ਹੀ ਕਰਾਂਗੇ ਆਪਾਂ, ਸਾਰਾ ਕੁਝ ਉੱਦਾਂ ਤਾਰੀਏ। 13 ਪਲੱਸ ਮਾਈਨਸ 12 ਇਹਨੂੰ ਐਕਸ ਮੰਨ ਲਿਆ, 13 ਪਲੱਸ ਮਾਈਨਸ 12 ਪਲੱਸ ਮਾਈਨਸ 7। 13 ਉਸੇ ਤਰ੍ਹਾਂ ਪਲੱਸ ਮਾਈਨਸ ਮਾਈਨਸ 12 ਹੋ ਗਿਆ ਪਲੱਸ ਐਕਸ, 13 ਉਸੇ ਤਰ੍ਹਾਂ ਮਾਈਨਸ 12 ਉਸੇ ਤਰ੍ਹਾਂ ਪਲੱਸ ਮਾਈਨਸ ਮਾਈਨਸ 7 ਹੋ ਗਿਆ। 13 ਚੋਂ 12 ਕੱਢ ਦਈਏ 1, ਇੱਥੇ 13 ਉਸੇ ਤਰ੍ਹਾਂ ਮਾਈਨਸ 12 ਅਤੇ ਮਾਈਨਸ 7 ਮਾਈਨਸ 19 ਆ ਗਿਆ, 13 ਪਲੱਸ ਮਾਈਨਸ ਮਾਈਨਸ 19 ਆ ਗਿਆ। 13 ਚੋਂ 19 ਕੱਢੀਏ ਅਤੇ ਕਿੰਨੇ ਹੋ ਜਾਂਦੇ ਆ, ਮਾਈਨਸ 6, ਅਤੇ ਐਕਸ ਕਿੰਨਾ ਆ ਗਿਆ, ਮਾਈਨਸ 6 ਮਾਈਨਸ 1 ਮਾਈਨਸ 7 ਆ ਜੂਗਾ। ਇੱਕ ਵਾਰ ਬਸ ਮੈਨੂੰ ਸਟੇਟਮੈਂਟ ਦੇਖ ਲੈਣ ਦਿਓ, ਇਹੋ ਹੀ ਨਾ, 13 ਮਾਈਨਸ 12 ਪਲੱਸ ਮਾਈਨਸ ਮਾਈਨਸ 7 13, ਪੂਰਾ ਸਹੀ ਹੈ, ਐਕਸ ਆ ਗਿਆ ਮਾਈਨਸ 7 ਅਤੇ ਬਲੈਂਕ ਦੇ ਵਿੱਚ ਮਾਈਨਸ 7 ਭਰ ਦੇਣਾ। ਲਾਸਟ ਫਿਫਥ ਹੈਗਾ ਵਾ ਮਾਈਨਸ 4 ਪਲੱਸ 15 ਪਲੱਸ ਮਾਈਨਸ 3 ਮਾਈਨਸ 4 ਪਲੱਸ 15 ਪਲੱਸ, ਅਤੇ ਇੱਥੇ ਬਲੈਂਕ ਪਈ, ਕਿਵੇਂ ਕਰਨਾ ਇਹਨੂੰ, ਮਾਈਨਸ 4 ਉਸੇ ਤਰ੍ਹਾਂ ਪਲੱਸ 15 ਪਲੱਸ ਮਾਈਨਸ ਮਾਈਨਸ 3 ਮਾਈਨਸ 4 ਪਲੱਸ 15, ਜਿੱਥੇ ਬਲੈਂਕ ਆ ਉੱਥੇ ਐਕਸ ਭਰਤਾ, ਮਾਈਨਸ 4 ਪਲੱਸ 15 ਚੋਂ 3 ਗਏ 12, 15 ਚੋਂ 4 ਗਏ 11, 12 ਚੋਂ 4 ਗਏ 8, ਅਤੇ 11 ਪਲੱਸ ਦਾ ਇੱਧਰ ਆਣ ਕੇ ਮਾਈਨਸ ਦਾ ਆਜੂਗਾ, 8 ਚੋਂ 11 ਜਾਣ ਅਤੇ ਮਾਈਨਸ 3 ਰਹਿ ਗਏ, ਐਕਸ ਆ ਗਿਆ ਜੇ ਮਾਈਨਸ 3, ਇਸ ਬਲੈਂਕ 'ਚ ਮਾਈਨਸ 3 ਭਰ ਦੇਣਾ। ਹੇਠਾਂ ਤੱਕ ਦਿਖਿਆ? ਠੀਕ ਹੈ, ਇੱਕ ਸਟੈਪ ਨਹੀਂ ਦਿਖਿਆ। ਇਹ ਤੋਂ ਬਾਅਦ 'ਚ ਕੀ ਆਉਣਾ ਸੀ, ਆ 11 ਇੱਧਰ ਆ ਜਾਣਾ ਸੀ 8 ਕੋਲ,
ਤੇ ਉਧਰ x ਰਹਿ ਗਿਆ 8 ਚੋਂ 11 ਕੱਢ ਦਈਏ ਕਿੰਨਾ ਰਹਿ ਜਾਂਦਾ -3 ਇਹ ਮੈਂ ਲਿਖਿਆ ਸੀ ਲਾਸਟ ਤੇ ਆਪਣੀ ਇਹ ਐਕਸਰਸਾਈਜ਼ ਖਤਮ ਹੋਈ 1.2 ਕੱਲ ਤੁਹਾਡਾ 1.1 ਤੇ 1.2 ਦਾ ਟੈਸਟ ਹੋਊਗਾ ਦੋ ਐਕਸਰਸਾਈਜ਼ਾਂ ਸਮਝਾਤੀਆਂ ਮੈਂ ਦੁਬਾਰਾ 1.1 ਤੇ 1.2 ਦਾ ਟੈਸਟ ਹੋਊਗਾ ਤੇ ਪੂਰਾ ਪ੍ਰੋਪਰ ਠੀਕ ਹੈ ਸਾਰੇ ਬੱਚੇ ਜਿੰਨੇ ਵੀ ਗਰੁੱਪ ਦੇ ਵਿੱਚ ਹੁੰਦੇ ਆ ਸਭ ਨੇ ਟੈਸਟ ਦੇਣਾ ਠੀਕ ਹੈ ਸਕਰੀਨ ਔਨ ਕਰਕੇ ਟੈਸਟ ਦੇਣਾ ਜ਼ੂਮ ਕਲਾਸ 'ਤੇ ਹੀ ਟੈਸਟ ਲਊਂਗਾ ਅਤੇ ਚੱਜ ਨਾਲ ਪੜ੍ਹਿਓ